ਕਰੋਨਾ ਕਰੋਨਾ ਕਰੋਨਾ, ਇਹ ਸ਼ਬਦ ਡਰ ਦਾ ਦੂਜਾ ਨਾਮ ਬਣ ਗਿਆ। ਕੋਈ ਛਿੱਕੇ ਜਾਂ ਖੰਘੇ, ਲੋਕ ਉਸਨੂੰ ਘੂਰਨ ਲੱਗ ਜਾਂਦੇ ਨੇ। ਪਰ ਕੀ ਤੁਹਾਨੂੰ ਪਤਾ ਹੈ, ਜੇਕਰ ਕਿਸੇ ਨੂੰ ਕਰੋਨਾ ਵਾਇਰਸ ਹੋ ਜਾਵੇ ਤਾਂ ਇਹ ਗੱਲ ਪਤਾ ਕਿਵੇਂ ਲੱਗੇਗੀ? ਸਾਡੇ ਵਿੱਚੋਂ ਕਈ ਲੋਕ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦੇ। ਇਸ ਵੀਡੀਓ 'ਚ ਅਸੀਂ ਇਸੇ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਜਿਨ੍ਹਾਂ ਲੋਕਾਂ ਵਿੱਚ ਕੁਝ ਖਾਸ ਲੱਛਣ ਦੇਖੇ ਜਾ ਰਹੇ ਨੇ, ਉਹਨਾਂ ਨੂੰ ਸੈਲਫ ਆਈਸੋਲੇਸ਼ਨ ਵਿੱਚ ਰਹਿਣ ਲਈ ਕਿਹਾ ਜਾ ਰਿਹਾ ਹੈ, ਤਾਂ ਜੋ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਜੇਕਰ ਤੁਹਾਨੂੰ ਬੁਖਾਰ ਹੈ ਜਾਂ ਲਗਾਤਾਰ ਖੰਘ ਰਹੇ ਹੋ ਅਤੇ ਤੁਸੀਂ ਇਕੱਲੇ ਹੀ ਰਹਿ ਰਹੇ ਹੋ, ਤਾਂ ਤੁਹਾਨੂੰ 7 ਦਿਨ ਘਰ ਵਿੱਚ ਰਹਿਣਾ ਚਾਹੀਦਾ। ਪਰ ਜੇਕਰ ਤੁਸੀਂ ਹੋਰਨਾਂ ਲੋਕਾਂ ਦੇ ਨਾਲ ਰਹਿੰਦੇ ਹੋ, ਤਾਂ ਤੁਹਾਨੂੰ 14 ਦਿਨ ਘਰ ਵਿੱਚ ਰਹਿਣ ਦੀ ਲੋੜ ਹੈ। ਤੁਹਾਨੂੰ ਖਾਣਾ ਅਤੇ ਦਵਾਈਆਂ ਘਰ ਵਿੱਚ ਹੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਪਰ ਤੁਹਾਨੂੰ ਪਤਾ ਕਿਵੇਂ ਲੱਗੇਗਾ ਕਿ ਇੱਕ ਆਮ ਬੁਖਾਰ ਹੈ ਜਾਂ ਕਰੋਨਾ ਵਾਇਰਸ ਦਾ ਅਟੈਕ? ਦਰਅਸਲ ਕਰੋਨਾ ਵਾਇਰਸ ਦੇ 2 ਮੁੱਖ ਲੱਛਣ ਹਨ। ਪਹਿਲਾ, ਲਗਾਤਾਰ ਸੁੱਕੀ ਖੰਘ ਆਉਣਾ, ਤੇ ਦੂਜਾ, ਬੁਖਾਰ। ਜੇਕਰ ਕਿਸੇ ਵਿੱਚ ਇਹ ਦੋਵੇਂ ਲੱਛਣ ਹਨ, ਤਾਂ ਸਾਵਧਾਨ ਰਹਿਣ ਦੀ ਲੋੜ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਛਿੱਕ ਰਹੇ ਹੋ, ਤੁਹਾਡਾ ਨੱਕ ਵਹਿ ਰਿਹਾ ਹੈ ਜਾਂ ਤੁਹਾਨੂੰ ਸਿਰ ਦਰਦ ਵੀ ਹੋ ਰਿਹਾ ਹੈ, ਤਾਂ ਤੁਸੀਂ ਬਿਮਾਰ ਹੋ ਸਕਦੇ ਹੋ। ਪਰ ਇਸਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਕਰੋਨਾ ਵਾਇਰਸ ਹੋ ਗਿਆ। ਤੁਸੀਂ ਜਾਣਨਾ ਚਾਹੁੰਦੇ ਹੋਵੋਗੇ ਕਿ ਕਰੋਨਾ ਵਾਇਰਸ ਵਿੱਚ ਹੋਣ ਵਾਲਾ ਬੁਖਾਰ ਕਿੰਨਾ ਹੁੰਦਾ ਤੇ ਲਗਾਤਾਰ ਹੋਣ ਵਾਲੀ ਸੁੱਕੀ ਖੰਘ ਦਾ ਕੀ ਮਤਲਬ ਹੈ। ਸੁੱਕੀ ਖੰਘ ਦਾ ਮਤਲਬ ਇਹ ਹੈ ਕਿ ਤੁਸੀਂ ਖੰਘ ਰਹੇ ਹੋ ਪਰ ਉਸ ਵਿੱਚ ਬਲਗਮ ਨਹੀਂ ਆ ਰਿਹਾ, ਯਾਨੀ ਤੁਹਾਡਾ ਟਿਸ਼ੂ ਚਿਪਚਿਪਾ ਨਹੀਂ ਹੋ ਰਿਹਾ। ਲਗਾਤਾਰ ਖੰਘ ਦਾ ਮਤਲਬ ਹੈ ਤੁਸੀਂ ਵਾਰ ਵਾਰ ਖੰਘੀ ਜਾ ਰਹੇ ਹੋ, ਯਾਨੀ ਤੁਹਾਨੂੰ ਵਾਰ ਵਾਰ ਆਪਣਾ ਗਲਾ ਸਾਫ਼ ਕਰਨ ਦੀ ਲੋੜ ਮਹਿਸੂਸ ਹੋ ਰਹੀ ਹੈ। ਪਰ ਕਿਵੇਂ ਪਤਾ ਲਗਾਈਏ ਕਿ ਜਿਹੜਾ ਬੁਖਾਰ ਹੋਇਆ ਉਹ ਕਰੋਨਾ ਵਾਇਰਸ ਵਾਲਾ ਬੁਖਾਰ ਹੈ? ਸਭ ਤੋਂ ਪਹਿਲੀ ਗੱਲ, ਬੁਖਾਰ ਹੋਵੇਗਾ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ। ਤਕਨੀਕੀ ਤੌਰ 'ਤੇ ਜੇਕਰ ਤੁਹਾਡੇ ਸਰੀਰ ਦਾ ਤਾਪਮਾਨ 37.8°C ਜਾਂ 100°F ਤੋਂ ਜ਼ਿਆਦਾ ਹੋ ਗਿਆ ਤਾਂ ਤੁਹਾਨੂੰ ਬੁਖਾਰ ਹੈ। ਜੇਕਰ ਤੁਹਾਡੇ ਕੋਲ ਥਰਮਾਮੀਟਰ ਨਹੀਂ ਵੀ ਹੈ, ਤਾਂ ਸਰੀਰ ਜ਼ਿਆਦਾ ਗਰਮ ਹੋਣ ਕਰਕੇ ਪਤਾ ਲੱਗ ਜਾਂਦਾ ਹੈ। ਜੇਕਰ ਤੁਹਾਨੂੰ ਕੋਈ ਛੂਏ ਤੇ ਤੁਹਾਡੀ ਪਿੱਠ ਤੇ ਛਾਤੀ ਗਰਮ ਲੱਗੇ, ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਲੱਛਣ ਹੈ, ਤਾਂ ਤੁਹਾਨੂੰ ਅਤੇ ਤੁਹਾਡੇ ਨਾਲ ਰਹਿਣ ਵਾਲੇ ਲੋਕਾਂ ਨੂੰ 14 ਦਿਨ ਤੱਕ ਘਰ ਵਿੱਚ ਰਹਿਣ ਦੀ ਲੋੜ ਹੈ। ਜੇਕਰ ਤੁਸੀਂ ਇਕੱਲੇ ਰਹਿੰਦੇ ਹੋ, ਤਾਂ 7 ਦਿਨ ਤੱਕ ਘਰ ਵਿੱਚ ਰਹਿਣਾ ਹੋਵੇਗਾ। ਬੁਖਾਰ ਤੇ ਖਾਂਸੀ ਠੀਕ ਨਾ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਤੇ ਕੋਰੋਨਾ ਵਾਇਰਸ ਦਾ ਟੈਸਟ ਕਰਾਓ। ਯਾਦ ਰੱਖੋ, ਸਾਵਧਾਨੀ ਹੀ ਬਚਾਅ ਹੈ, ਇਸ ਲਈ ਆਪਣਾ ਧਿਆਨ ਰੱਖੋ।